सत श्री अकाल जी। तुसीं देख रहे हो कोरसपोंडेंट्स। जेकर गल करिए पंजाब दे शायरां, कवियां, गायकां अते लेखकां दी, जिन्हां ने अपने वक्खो वक्ख रंगां दे नाल लोकां नूं पूरी तरह सरोवार किया है, अज असीं अजिहे पुआधी कवि की गल कर रहे हैं जिन्हां ने पंजाब दे 12,000 पिंडां दे उपर बोलियां बनाईयां होईयां हन। जी हाँ, दा नाम लो ते उस पिंड दे उपर कोई ना कोई बोली बनी होगी। असी अज अजिहे कलाकार नाल तुहाडी मुलाकात करवाउण जा रहे हैं जिसने अपनी सारी उम्र कवितावां अते होर अपनियां रचनावां पिछे लगा दित्ती है। की कहिंदा है कवि चरण पुआधी अते उस दीआं रचनावां, आओ देखिए। भावें चरण पुआधी की जिंदगी लेखनी सिर्फ लेखनी वास्ते ही रह गई है, उसने वक्ख वक्ख भाषावां दे विच अपनिया रचनावां दित्तियां हन। जेकर गल करिए पुआधी की, पुआधी कलाकार होण दे नाल नाल उह पंजाबी दे विच 26 दे करीब वक्ख वक्ख विषयां ते किताबां लिख चुक्या है। हरियाणा दे जिला कैथल दे विच एक छोटे जे पिंड अरनौली विखे अपनी स्टेशनरी की दुकान करके गुजर बसर कर रहे पुआधी ने अपनी लंबा वक्त इन्हां रचनावां नूं लिखण विच लगाया है। उसने वक्त वक्त हिंदी, पंजाबी, हरियाणवी, भोजपुरी कवितावां लिखियां ने, कहानियां लिखियां ने, पर उसकी एक नवीं चीज आ, अजिहे पड़ाव कदे भी नहीं आए कि उसकी मेहनत का मुल पिया होवे। भावें पंजाब सरकार होवे, भावें हरियाणा सरकार, उस दीआं रचनावां उस दीआं लेखणियां नूं अखों परोखे कर दिता है। ਭਾਵੇਂ ਕਿ ਆਮ ਤੌਰ 'ਤੇ ਵੱਖ ਵੱਖ ਸਨਮਾਨਾਂ ਦੇ ਨਾਲ ਸਨਮਾਨ ਹੋ ਚੁੱਕੇ ਹਨ, ਪਰ ਇਹਨਾਂ ਸਨਮਾਨਿਤ ਕਲਾਕਾਰਾਂ ਨੂੰ ਸਿਰਫ ਸਨਮਾਨ ਦੇ ਕੇ ਹੀ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਉਸਦੀ ਜੇਬ ਦੇ ਵਿੱਚ ਕਵੀ ਦਰਬਾਰ ਵਿੱਚ ਪਹੁੰਚਣ ਦਾ ਕਿਰਾਇਆ ਹੈ ਜਾਂ ਨਹੀਂ ਹੈ, ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਪਿੰਡਾਂ ਮਾਤੇ ਪਿੰਡ ਸੁਣੀ ਦਾ ਉੱਚਾ ਪਿੰਡ ਸੰਘੋਲਾ, ਜਿੱਥੇ ਹੜੱਪਾ ਕਾਲ ਕੇ ਵਾਧੋਂ 8 ਸੱਭਿਆ ਟੋਲਾ, ਰੂਪ ਸੰਤ ਕੇ ਸੰਗਲਾ ਦੀਪ ਨੂੰ ਕਿਉਂ ਕਰਾਂ ਅਣਗੌਲਾ, ਕੋਟਲਾ ਅਜਨੇਰ ਅਮਰ ਸਿੰਘ ਤੇਗ ਨੇ ਘਮਾਈਆਂ ਘੋਲਾ, ਕੋਟਲਾ ਬਦਲਾ ਗੁਲਜ਼ਾਰ ਸੰਧੂ ਕੀ ਕਲਮ ਨੂੰ ਮਾਥਾ ਛੋਲਾਂ, ਰਾਣਬਾ ਆਏ ਗੁਰੂ ਗੋਬਿੰਦ ਸਿੰਘ ਚਰਨ ਕਮਲ ਜੈ ਧੋਲਾਂ, ਬਰਬਾਲੀ ਸੱਥਾਂ ਕਾ ਮੱਕਾ ਹੈ ਦੇਰਾ ਰਾਮ ਰਾਏ ਜੋਲਾਂ, ਵਾਹਿਗੁਰੂ ਬਖਸ਼ ਲਮੀ ਮੈਂ ਭੋਲਾ ਅਨਭੋਲਾਂ, ਵਾਹਿਗੁਰੂ ਬਖਸ਼ ਲਮੀ। ਕੀ ਆ ਪਿੰਡਾਂ ਮਾਤੇ ਪਿੰਡ ਸੁਣੀ ਦਾ ਪਿੰਡ ਰਾਏਪੁਰ ਰਾਈਆਂ, ਤੰਦਾ ਬੱਧਾ ਕਲਾ ਖੁਰਦ ਨੇ ਮੰਡੀ ਧੁੰਮਾਂ ਪਾਈਆਂ, ਘੁੱਲੂ ਮਾਜਰਾ ਕੁੰਬੜਾ ਸ਼ਾਹਪੁਰ ਨਾ ਕਰਦਾ ਮਨ ਆਈਆਂ, ਹਰੀਪੁਰ ਸਲਿਆਣੀ ਕੌਲਗੜ ਸਾਊ ਬੀਬੀਆਂ ਮਾਈਆਂ, ਚਤਰਪੁਰ ਗੁਰਦਨਪੁਰ ਭੁੱਟੋਂ ਰੱਖਾ ਬਹੁਤ ਸਮਾਈਆਂ, ਬਹਿਣਾ ਬੁਲੰਦ ਅਲੀਪੁਰ ਸੰਦਲ ਕਰਦੇ ਘਾਲ ਕਮਾਈਆਂ, ਬਰੋਗਾ ਜ਼ੇਰ ਬੁਲੰਦ ਭੋਲੀਆਂ ਪਾਲਾਂ ਮੈਸਾਂ ਗਾਈਆਂ, ਅੱਗੇ ਆਉਣਗੀਆਂ ਲਾਈਆਂ ਔਰ ਬੁਝਾਈਆਂ ਅੱਗੇ ਆਉਣਗੀਆਂ। ਅਮਲੋਹ ਬਲਾਕ ਕੀ ਇੱਕ ਬੋਲੀ ਆ, ਪਿੰਡਾਂ ਮਾਤੇ ਪਿੰਡ ਸੁਣੀ ਦਾ ਪਿੰਡ ਹੈ ਭੱਦਲ ਥੂਹਾ, ਗੋਬਿੰਦਗੜ੍ਹ ਦਿਹਾਤੀ ਬਡਾਲੀ ਵੱਡਾ ਰੱਖਦੇ ਬੂਹਾ, ਆਨੀਆਂ ਹਿੰਮਤ ਗੜ੍ਹ ਬਾਰੀਆਂ ਬੋਰ ਕੇ ਉੱਪਰ ਖੂਹਾ, ਸਿਰਾਜ ਮਾਜਰਾ ਕਾਨਪੁਰਾ ਹਰ ਚੋਬਰ ਕਾ ਰੰਗ ਸੂਹਾ, ਬੀੜ ਮੁਹੰਮਦੀ ਬੀੜ ਮਲੋਹ ਕੇ ਬੀਚਨਾ ਖਿੱਚਾ ਧੂਹਾ, ਭਗਵਾਨਪੁਰ ਅਰ ਲਾਡਪੁਰਾ ਤੋਂ ਡਬਲੀ ਪਿੰਡ ਦਮੂਹਾ, ਜੱਲੇ ਵਾਲ ਕਲਾਲ ਮਾਜਰਾ ਲਿੰਦਾ ਨਾ ਕਣਸੂਹਾ, ਸਾਥੀ ਚੱਲਦੀ ਕਾ ਨਾ ਈਹਾ ਨਾ ਊਹਾ, ਸਾਥੀ ਚੱਲਦੀ ਕਾ। ਕਸਬਿਆਂ ਮਾਤੇ ਕਸਬਾ ਸੁਣ ਲਓ, ਕਸਬਾ ਹੈ ਅਜਨਾਲਾ, ਅਹਿਮਦਗੜ੍ਹ ਛੰਨਾ ਮਾਂ ਮੰਡੀ ਤਰਕਸ਼ੀਲ ਬਰਨਾਲਾ, ਛਹਿਣਾ ਪੰਜਾਬ ਕਾ ਗਹਿਣਾ ਜਾਣ ਲਓ ਪੈਪਸੂ ਰਾਜ ਪਟਿਆਲਾ, ਜੈਤੋਂ ਗਿਆਨ ਕੀ ਪੀਠ ਪੁਆਧ ਕੀ ਪੱਛਮੀ ਕੋਰ ਸਮਰਾਲਾ, ਅਖਬਾਰਾਂ ਕਾ ਸ਼ਹਿਰ ਜਲੰਧਰ ਸ਼ਹਿਰੀ ਖੂਬ ਬਟਾਲਾ, ਰਾਜਾ ਸਾਂਸੀ ਜਹਾਜ਼ ਸਟੇਸ਼ਨ ਰੇਲਵੇ ਭਗਤਾਂ ਵਾਲਾ, ਕੱਚੀ ਗੜੀ ਚਮਕੌਰ ਸਾਹਿਬ ਬਾਬਿਆਂ ਕਾ ਬਾਬਾ ਬਕਾਲਾ, ਹੈਂਕੜ ਛੱਡ ਦੇਵੀ ਨਿਮਕੇ ਵਕਤ ਲਗਾ ਲਾ, ਹੈਂਕੜ ਛੱਡ ਦੇਵੀ। ਹਾਂ ਕੀ ਕਹਿਣਾ ਚਾਹੋਗੇ ਜੀ? ਹਾਂ ਜੀ, ਕਹਿਣਾ ਤਾਂ ਮੈਂ ਜੋ ਇਹ ਚਾਹਾਂ ਵੀ ਮੈਂ ਪੰਜਾਬ ਕੇ 15,000 ਪਿੰਡਾਂ ਕਸਬਿਆਂ ਸ਼ਹਿਰਾਂ ਢਾਣੀਆਂ ਡੇਰਿਆਂ ਮਾਜਰਿਆਂ ਕੀਆਂ ਬੋਲੀਆਂ ਬਣਾ ਰੱਖੀਆਂ, ਉਹ ਮੈਂ ਕਿਤਾਬ ਛਪਾਉਣ ਜਾ ਰਿਹਾ ਪਿੰਡਾਂ ਮਾਤੇ ਪਿੰਡ ਸੁਣੀ ਦਾ, ਵੀ ਉਹ ਕਿਤਾਬ ਲੈਣ ਕੀ ਸਾਰਿਆਂ ਨੇ ਕੋਸ਼ਿਸ਼ ਕਰਦੀ, ਮੈਂ ਵੀ ਉਰਾਂ ਪਰਾਂ 'ਤੇ ਪੈਸਾ ਇਕੱਠਾ ਕਰਕੇ ਇਸ ਕਾ
ਦੀ ਸਮਝ ਕਿਤਾਬ ਛਾਪਾਂਗਾ ਕਿਤੇ ਕਿਤਾਬ ਛਪੀ ਛਪਾਈ ਉਹ ਰਹਿ ਜੇ ਜਾਂ ਕਬਾੜਵਾਂ ਚਲੇ ਜੇ ਵੀ ਕੋਈ ਪਿੰਡ ਮੈਂ ਪੰਜਾਬ ਕਾ ਛੱਡਿਆ ਹੀ ਨਹੀਂ ਹੋਇਆ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਮਾਰੇ ਸਮਝ ਮਾਰੇ ਇਲਾਕੇ